ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਐਕਸਪੀਰੀਅੰਸ ਕਰਕੇ ਆਏ ਹਾਂ ਅੰਮ੍ਰਿਤਸਰ ਦੇ ਹੈੱਡ ਪੋਸਟ ਆਫਿਸ ਦੀ ਸਰਵਿਸ ਦਾ। ਅਤੇ ਕਿੰਨੀ ਚੰਗੀ ਕਿੰਨੀ ਮਾੜੀ ਸਰਵਿਸ ਰਹੀ ਹੋਵੇ ਮੁੰਡਾ ਦੱਸੂਗਾ, ਕਿਉਂਕਿ ਇਹ ਐਗਜ਼ਾਮੀਨੇਸ਼ਨ ਫੀਸ ਪੇ ਕਰਨ ਗਿਆ ਸੀਗਾ। ਆਲਮੋਸਟ 3 ਘੰਟੇ ਲਾਈਨ 'ਚ ਖੜ੍ਹਾ ਹੋ ਕੇ, ਅਤੇ ਆਫਟਰ ਦੈਟ ਉਸ ਮੈਡਮ ਦਾ ਤਜਰਬਾ ਕਰਨ ਤੋਂ ਬਾਅਦ ਹੁਣੇ ਮੇਰੇ ਕੋਲ ਆਇਆ। ਅਤੇ ਦੱਸੋ ਨਿਕੁਲ ਜੀ, ਹਾਊ ਆਰ ਯੂ ਫੀਲਿੰਗ? ਬਹੁਤ ਵਰਸਟ ਐਕਸਪੀਰੀਅੰਸ ਰਿਹਾ ਆਪਣਾ। 3-4 ਕਾਊਂਟਰ ਹੈਗੇ ਉਹਦੇ ਵਿੱਚ ਸਰਵਿਸ, ਚੱਲਦੇ ਸਿਰਫ 2 ਆ। ਉਹ ਜੀ ਬੀਬੀ ਸੂਰੇ ਦਾਵੇ ਦੀ ਬੈਠੀ ਆ, ਲੋਕਾਂ ਨੂੰ ਕਿ 1 ਘੰਟਾ ਹੋ ਗਿਆ, ਵਿਚਾਰੇ ਬਜ਼ੁਰਗ ਹੈਂਡੀਕੈਪਡ ਸੀ, ਉਹਨਾਂ ਦਾ ਵੀ ਕੰਮ ਨਹੀਂ ਹੋਇਆ, ਵਿਚਾਰੇ ਹਲੇ ਵੀ ਲਾਈਨ 'ਚ ਖਲੋਤੇ ਆ। ਸਾਡਾ ਚਲੋ ਉਹ ਥੋੜ੍ਹਾ ਸਰਵਿਸ ਇੰਪਰੂਵ ਕਰਨੀ ਚਾਹੀਦੀ ਆ। ਸਾਡੇ ਜੋ ਵੀ ਐਡਮਿਨਿਸਟ੍ਰੇਟਿਵ ਪੋਸਟ 'ਤੇ ਬੈਠੇ ਹੋਏ ਨੇ ਲੋਕ, ਉਹਨਾਂ ਨੂੰ ਰਿਕੁਐਸਟ ਹੈ। ਮੈਂ ਇਸ ਕਰਕੇ ਕਿਉਂਕਿ ਮੈਂ ਪਿਛਲੇ ਵਲੌਗ 'ਚ ਕਿਹਾ ਸੀਗਾ ਕਿ ਆਪਾਂ ਨੂੰ ਚੰਗੀ ਮਾੜੀ ਹਰ ਇੱਕ ਗੱਲ ਬਾਰੇ ਗੱਲ ਕਰਨੀ ਚਾਹੀਦੀ ਆ ਆਪਣੇ ਵੀਡੀਓਜ਼ ਦੇ ਵਿੱਚ, ਤਾਂ ਕਿ ਪਹੁੰਚ ਸਕੇ ਲੋਕਾਂ ਤੱਕ ਅਤੇ ਕੁਛ ਡਿਵੈਲਪਮੈਂਟ ਹੋ ਸਕੇ। ਸੌਰੀ, ਮੈਂ ਵੀ ਕਾਫੀ ਰਿਕੁਐਸਟ ਕੀਤੀਆਂ ਉਹਨਾਂ ਨੂੰ ਕਿ ਸਾਡੇ ਤੋਂ ਅੱਗੇ ਵੀ ਲੋਕ ਖੜ੍ਹੇ ਸੀਗੇ, ਅਤੇ ਉਹਨਾਂ ਦਾ ਵੀ ਆਲਮੋਸਟ 1 ਘੰਟੇ ਦਾ ਹੀ ਵੇਟ ਉਹਨਾਂ ਨੇ ਕੀਤੀ ਆ ਸਾਰਿਆਂ ਨੇ। ਸੋ ਅਸੀਂ ਇਸ ਐਕਸਪੀਰੀਅੰਸ ਨੂੰ ਤੁਹਾਡੇ ਨਾਲ ਸ਼ੇਅਰ ਤਾਂ ਕਰ ਰਹੇ ਹਾਂ ਕਿ ਜੇ ਤੁਹਾਡਾ ਕੋਈ ਵੀ ਰਿਸ਼ਤੇਦਾਰ, ਦੋਸਤ ਜਾਂ ਨਜ਼ਦੀਕੀ ਜਾਂ ਕਲੀਗ ਹੈ ਇਸ ਪੋਸਟ ਆਫਿਸ ਦੇ ਵਿੱਚ ਜਾਂ ਪੋਸਟਲ ਸਰਵਿਸਿਜ਼ ਦੇ ਵਿੱਚ, ਉਹਨਾਂ ਨੂੰ ਥੋੜ੍ਹੀ ਇੰਪਰੂਵਮੈਂਟ ਦੀ ਲੋੜ ਹੈ। ਆਪਾਂ ਨਵੀਆਂ ਵੈਕੈਂਸੀਜ਼ ਜੇ ਨਹੀਂ ਕੱਢ ਸਕਦੇ ਤਾਂ ਐਟਲੀਸਟ ਟ੍ਰੇਨਿੰਗ ਪੁਰਾਣੇ ਲੋਕਾਂ ਦੀ ਵਧੀਆ ਕਰੀਏ, ਤਾਂ ਕਿ ਉਹ ਸਰਵਿਸ ਵਧੀਆ ਦੇ ਸਕਣ। ਸੋ ਹੁਣ ਅਸੀਂ ਆਏ ਹਾਂ ਜੀ ਲੰਚ ਲਈ, ਅਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਹਾਂ। ਸੋ ਲੰਚ ਓਬਵੀਅਸ ਜੀ ਗੱਲ ਹੈ ਕਿ ਅਸੀਂ ਕੁਲਚਾ ਖਾਵਾਂਗੇ, ਅੰਮ੍ਰਿਤਸਰੀ ਕੁਲਚਾ। ਸੋ ਅਸੀਂ ਆਰਡਰ ਕਰਦੇ ਹਾਂ, ਤੁਹਾਨੂੰ ਨਾਲ ਵਿਖਾਉਂਦੇ ਵੀ ਹਾਂ ਕਿ ਅਸੀਂ ਆ ਚੁੱਕੇ ਹਾਂ ਹੁਣ ਬਿੱਟੂ ਕੁਲਚਿਆਂ ਵਾਲੇ ਕੋਲ, ਅਤੇ ਇਹ ਬਹੁਤ ਹੀ ਪਾਪੂਲਰ ਜੁਆਇੰਟ ਹੈ ਕੁਲਚਿਆਂ ਲਈ, ਖਾਸ ਕਰਕੇ ਅੰਮ੍ਰਿਤਸਰੀ ਕੁਲਚਿਆਂ ਲਈ। ਅਤੇ ਜਿੰਨੀਆਂ ਵੀ ਪ੍ਰੋਮੀਨੈਂਟ ਪਰਸਨੈਲਿਟੀਜ਼ ਨੇ ਜੋ ਲਿੰਕਡ ਨੇ ਅੰਮ੍ਰਿਤਸਰ ਦੇ ਨਾਲ ਜਾਂ ਅੰਮ੍ਰਿਤਸਰ ਦੇ ਵਿੱਚ ਆਉਂਦੀਆਂ ਨੇ, ਈਵਨ ਸਾਡੇ ਐਵੀਏਸ਼ਨ ਮਿਨਿਸਟਰ, ਪ੍ਰੈਜ਼ੈਂਟ ਐਵੀਏਸ਼ਨ ਮਿਨਿਸਟਰ ਸਰਦਾਰ ਹਰਦੀਪ ਸਿੰਘ ਪੁਰੀ ਜੀ, ਉਹਨਾਂ ਦਾ ਵੀ ਇਹ ਫੇਵਰੇਟ ਸਪੋਟ ਹੈ ਸਵੇਰ ਦੇ ਬ੍ਰੇਕਫਾਸਟ ਲਈ। ਸੋ ਬਹੁਤ ਹੀ ਸਾਫ਼ ਸੁਥਰਾ ਅਤੇ ਵਧੀਆ ਕੁਆਲਿਟੀ ਦਾ ਤੁਹਾਨੂੰ ਇੱਥੇ ਕੁਲਚਾ ਮਿਲੂਗਾ, ਬੈਸਟ ਹੈ ਅੰਮ੍ਰਿਤਸਰ ਦੇ ਵਿੱਚ। ਸੋ ਖਾਣ ਤੋਂ ਪਹਿਲਾਂ ਥੋੜ੍ਹੇ ਹੱਥ ਸਾਫ਼ ਕਰ ਲੈਣੇ ਚਾਹੀਦੇ ਆ। ਸਾਡੇ ਕੋਲ ਸੈਨੇਟਾਈਜ਼ਰ ਹੈ ਜੋ ਕਿ ਫੋਕਸਵੈਗਨ ਵੱਲੋਂ ਨਾਲ ਹੀ ਮਿਲਿਆ ਸੀ ਕਾਰ ਦੇ, ਮੈਂ ਫੋਕਸਵੈਗਨ ਦੀ ਕਾਰ ਹੀ ਡਰਾਈਵ ਕਰਦਾ ਹਾਂ। ਐਂਡ ਹੁਣ ਸਾਡਾ ਕੁਲਚਾ ਆ ਗਿਆ ਜੀ, ਅਤੇ ਤੁਹਾਨੂੰ ਦਿਖਾ ਰਹੇ ਹਾਂ, ਪਲੇਟਸ ਸਜਾ ਕੇ ਥੋੜ੍ਹੀ ਮਾਊਥ ਵਾਟਰਿੰਗ ਕਰਾਂਗੇ ਤੁਹਾਡੀ ਵੀ। ਸੋ ਅਸੀਂ ਵੀ ਇੰਜੋਏ ਕਰਦੇ ਹਾਂ, ਤੁਸੀਂ ਵੀ ਇੰਜੋਏ ਕਰੋ। ਜੇ ਵੀਡੀਓ ਲਾਈਕ ਕੀਤੀ ਹੈ ਤੁਸੀਂ ਤਾਂ ਸ਼ੇਅਰ ਵੀ ਕਰੋ, ਐਂਡ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।